Excuse me. ਅੰਮ੍ਰਿਤਸਰ ਦੇ ਪਾਪੜ ਵੇ ਮੈਂ ਖਾਂਦੀ ਨਾ। ਤੁਹਾਡਾ ਕਿੱਦਾਂ ਸਵਾਬ ਬਣਿਆ ਜੀ ਇਧਰ ਨੂੰ ਆਉਣ ਦਾ? ਮੁੰਡਾ ਦੇਖਣ ਆਏ ਸੀ। ਕਿਉਂ ਇੱਥੇ ਕੋਈ ਕਾਫੀ ਸ਼ਾਪ ਆ? ਛੋਟੂ ਵੀਰਾ ਬਣ ਕੇ ਮੈਡਮ ਨੂੰ ਉੱਥੇ ਤੱਕ ਛੱਡਿਆ? ਅਫੀਲੀ ਕੀ ਮੇਰੀ ਮਾਸੀ ਦੀ ਕੁੜੀ ਲੱਗਦੀ ਆ। ਕੁੜੀ ਵੇਖੀ ਨੀ ਯਾਰਾ, ਨੌਕਰ ਸਮਝ ਲੈਂਦੇ ਆ। ਸਾਡੇ ਸ਼ਹਿਰ ਦੇ ਨਾਮ ਅਜੀਬ ਨੇ, ਸਾਡੇ ਸ਼ਹਿਰ ਦੇ ਨੀ। ਪਤਾ ਨੀ ਕੀ ਲੂਣ ਮੰਡੀ, ਘਿਓ ਮੰਡੀ, ਗੁੜ ਬਾਜ਼ਾਰ, ਪਾਪੜਾਂ ਵਾਲਾ ਬਾਜ਼ਾਰ। ਵਾਹ, ਖਾਣ ਪੀਣ ਵਾਲੇ ਨਾਂ ਤਾਂ ਤੈਨੂੰ ਸਾਰੇ ਯਾਦ ਨੇ, ਚੌਂਕ ਚਬੂਤਰਾ ਨੀ ਯਾਦ? ਤੁਸੀਂ ਆ ਚੌਂਕ ਚਬੂਤਰੇ ਦਾ ਐਡਰੈਸ ਦੱਸੋਗੇ? ਹਾਉ, ਸਿੱਧਾ ਜਾਓ ਜੀ, ਤੁਹਾਨੂੰ ਮਿਲੂਗਾ ਜੀ ਭੋਲਾ ਰਾਬੜੀ ਵਾਲਾ। ਉੱਥੋਂ ਬਿਲਕੁਲ ਖੱਬੇ ਹੋ ਲਿਓ, ਖੱਬੇ ਹੁੰਦੇ ਸਾਰੀ ਤੁਹਾਨੂੰ ਮਿਲੂਗਾ ਨਾਟਾ ਗੋਲ ਗੱਪਿਆਂ ਵਾਲਾ। ਨਾਟੇ ਗੋਲ ਗੱਪਿਆਂ ਵਾਲੇ ਤੋਂ ਖੱਬੇ ਮੁੜਦੀ ਸਾਰੀ ਤੁਹਾਨੂੰ ਮਿਲੂਗਾ ਕਲਾਸ਼ ਜਲੇਬੀਆਂ ਵਾਲਾ, ਤੇ ਕਲਾਸ਼ ਜਲੇਬੀਆਂ ਵਾਲੇ ਤੋਂ ਸਿਰਫ 20-25 ਮੀਟਰ ਉੱਤੇ ਹੀ ਹੈਗਾ ਜੀ ਫਲੂਦੇ ਵਾਲਾ ਖਰਾਨਾ, ਉੱਥੋਂ ਚੌਂਕ ਚਬੂਤਰਾ ਸ਼ੁਰੂ ਹੋ ਜਾਂਦਾ। ਇਹ ਕਿਹੋ ਜਿਹਾ ਰਸਤਾ? ਖਾਂਦੇ ਪੀਂਦੇ ਸ਼ਹਿਰ ਦਾ ਰਸਤਾ ਹੈ ਜੀ। ਉਹ ਰਾਜਵੀਰ ਦਾ ਘਰ ਕਿੱਥੇ ਆ? ਉਹਦੀ ਫਰੈਂਡ ਆ? ਨਹੀਂ, ਗਰਲ ਫਰੈਂਡ ਆ? ਨਹੀਂ। ਫੇਰ ਤੂੰ ਕਿਤੇ ਰਿਸ਼ਤੇ ਰੁਸ਼ਤੇ ਬਾਰੇ ਤਾਂ ਨਹੀਂ ਸੋਚੀ ਬੈਠੀ ਉਹਦੇ ਨਾਲ? ਨਹੀਂ, ਮੈਂ ਸੋਚੀ ਵੀ ਨਾ। ਇਸ ਮਹੱਲੇ ਚ ਵਿਆਹ ਕੇ ਆਈ ਕੁੜੀ ਦੀ ਨਾ ਜੂਨ ਹੀ ਮਾੜੀ ਹੈ। ਤੂੰ ਕਿੰਨੀਆਂ ਚੀਜ਼ਾਂ ਮੈਨੇਜ ਕਰ ਲੈਂਦਾ ਨਾ। ਸੋਚਦਾ ਕੁਛ ਹੈ, ਬੋਲਦਾ ਕੁਛ ਹੈ, ਦਿਖਾਉਂਦਾ ਕੁਛ ਹੈ, ਪਰ ਤੇਰੇ ਦਿਲ ਚ ਕੁਛ ਹੈ। ਮੋਰੀ ਅਮਰੇ ਦਿਲ ਚ ਭਰਾ ਦੇਂਗੀ? ਤੇਰੇ ਵਰਗੀਆਂ ਹੁੰਦੀਆਂ ਨੇ ਜਿਹੜੀਆਂ ਘਰ ਪੜਦੀਆਂ ਨੇ। ਜੇ ਮੁੰਡਿਆਂ ਦੀ ਸੋਚ ਤੇਰੇ ਵਰਗੀ ਹੁੰਦੀ ਹੈ ਨਾ, ਤਾਂ ਕੁੜੀਆਂ ਨੂੰ ਮੁੰਡਿਆਂ ਨਾਲ ਵਿਆਹ ਕਰਾਉਣਾ ਨਹੀਂ ਚਾਹੀਦਾ। ਤੁਸੀਂ ਇੱਕ ਕੰਮ ਕਰੋ, ਮੁੰਡੇ ਮੁੰਡੇ ਆਪਸ ਚ ਵਿਆਹ ਕਰਾ ਲਿਆ ਕਰੋ, ਹੁਣ ਤਾਂ ਕਾਨੂੰਨ ਵੀ ਬਣ ਗਿਆ। ਤੁਹਾਡੇ ਚੰਡੀਗੜ੍ਹ ਦੇ ਮੁੰਡਿਆਂ ਤੋਂ 100 ਗੁਣਾ ਘੈਂਟ ਮੁੰਡੇ ਨੇ ਅੰਮ੍ਰਿਤਸਰ ਦੇ। ਤੁਹਾਨੂੰ ਇੱਕ ਲੈਂਗੁਏਜ ਤਾਂ ਠੀਕ ਤਰ੍ਹਾਂ ਬੋਲਣੀ ਨਹੀਂ ਆਉਂਦੀ। ਨੌਂਡਾ ਪਿਆ, ਸੌਂਡਾ ਪਿਆ, ਕਰੰਡਾ ਪਿਆ, ਡਾ ਪਿਆ, ਡਾ ਪਿਆ, ਡਾ ਪਿਆ। ਹਾਂ ਫੇ ਡੈ ਪਿਆ ਤਾਂ ਡੈ ਪਿਆ। ਤੈਨੂੰ ਮੇਰੀ ਸ਼ਕਲ ਦੇਖ ਕੇ ਕੀ ਲੱਗਦਾ ਮੈਂ ਕਿੰਨਾ ਕੁ ਪੜਿਆ ਲਿਖਿਆ? ਆ ਮੈਂ ਰਹਿਣ ਦੇਣ ਦੇ ਬਸ, ਫਿਰ ਬੇਇੱਜ਼ਤੀ ਕਰੇਂਗੀ ਮੈਂ। ਤੂੰ ਕਦੇ ਕਿਸੇ ਕੁੜੀ ਨੂੰ ਕਿਸ ਕੀਤਾ? ਇੱਕ ਵਾਰੀ ਕੋਸ਼ਿਸ਼ ਕੀਤੀ ਸੀ, ਜਦੋਂ ਹੀ ਕੁੜੀ ਦੇ ਨੇੜੇ ਗਿਆ ਉਹ ਰੋ ਪਈ। ਰੋ ਪਈ? ਪਹਿਲੀ ਵਾਰੀ ਸੀ ਨਾ ਜੀ, ਹਿਸਾਬ ਜਿਹਾ ਨਹੀਂ ਆਇਆ ਵੀ ਕਿੰਨਾ ਕੁ ਨੇੜੇ ਜਾਣਾ। ਮੇਰੇ ਤੋਂ ਕੁੜੀ ਦਾ ਪੈਰ ਮਿਧਿਆ ਗਿਆ। ਮਜ਼ਾਕ ਉਡਾਉਂਦਾ ਮੇਰਾ, ਤੇਰੇ ਰਕਸ਼ੇ ਦਾ ਟਾਇਰ ਫਟ ਜੇ। ਤੁਸੀਂ ਸ਼ੁਕਰ ਕਰੋ ਸਰਕਾਰ ਕਾ ਜੀ, ਚੌਕੀਆਂ ਚੁੰਗੀਆਂ ਬੰਦ ਕਰਾ ਦੀ, ਨਹੀਂ ਤੇ ਹਰ ਚੌਕ ਤੇ ਚੁੰਗੀ ਚੁਕਾਨੀ ਪੜਤੀ। ਜੇ ਮੈਂ ਆਪਣੀ ਆਈ ਤੇ ਆ ਗਈ ਨਾ, ਤੈਨੂੰ ਬੰਦਾ ਬਣਾ ਦੂੰਗੀ ਮੈਂ। ਜਗ੍ਹਾ ਤੇਰੀ, ਟਾਈਮ ਤੇਰਾ, ਡਾਂਗ ਮੇਰੀ, ਬਹਿਮ ਤੇਰਾ, ਅੱਗੇ ਤਾਂ ਸੁਣੀਏ ਹੋਊਗਾ। ਤੂੰ ਕਿੰਨਾ ਬੋਲਦਾ, ਥੱਕਦਾ ਨਹੀਂ? ਮੇਰੇ ਨੰਬਰ ਸਰ। ਅੱਛਾ, ਉਸ ਹਸਪਤਾਲ ਦਾ ਨਾਮ ਵੀ ਦੱਸ ਦੇ ਜਿੱਥੇ ਪੈਦਾ ਹੋਇਆ ਸੀ। ਐਟ ਹੋਮ ਬਾਏ ਦਾਈ। ਤੇਰੇ ਵਰਗੀਆਂ ਹੁੰਦੀਆਂ ਨੇ ਜਿਹੜੀਆਂ ਘਰ ਪੜਦੀਆਂ ਨੇ। ਜੇ ਮੁੰਡਿਆਂ ਦੀ ਸੋਚ ਤੇਰੇ ਵਰਗੀ ਹੁੰਦੀ ਹੈ ਨਾ, ਤਾਂ ਕੁੜੀਆਂ ਨੂੰ ਮੁੰਡਿਆਂ ਨਾਲ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ। ਤੁਸੀਂ ਇੱਕ ਕੰਮ ਕਰੋ, ਮੁੰਡੇ ਮੁੰਡੇ ਆਪਸ ਚ ਵਿਆਹ ਕਰਾ ਲਿਆ ਕਰੋ, ਹੁਣ ਤਾਂ ਕਾਨੂੰਨ ਵੀ ਬਣ ਗਿਆ। ਮੈਂ ਤੇਰੇ ਤੋਂ ਤੇਲ ਮੰਗਾਇਆ ਸੀ, ਤੂੰ ਲੱਸੀ ਲੈ ਕੇ ਆ ਗਿਆ। ਤੇਲ ਹੀ ਆ ਭਾਜੀ, ਡੋਲੂ ਚ ਪੰਪਾ ਤੇ ਲੈ ਕੇ ਲਾਇਆ, ਬੋਤਲਾਂ ਤੇਲ ਪੈਣ ਆ। ਚੰਡੀਗੜ੍ਹ ਦੀ ਕੁੜੀਆਂ ਨਾ ਹੀ ਕਿਸੇ ਸਿਚੁਏਸ਼ਨ ਤੋਂ ਡਰਦੀ, ਨਾ ਹੀ ਬਚਦੀਆਂ। ਵਿਆਹ ਕਰਾਉਣ ਦੇ ਲਈ ਆਪਸੀ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਆ। ਤੁਸੀਂ ਇੱਕ ਗੱਲ ਨੋਟ ਕੀਤੀ, ਸਾਨੂੰ ਮਿਲਿਆ ਨੂੰ ਹਲੇ ਕੁਛ ਕੁ ਟਾਈਮ ਹੋਇਆ, ਸੋਚ ਵਿਚਾਰ ਮਿਲਣ ਲੱਗ ਗਏ। ਕੀ ਵੇਖਣ ਦੇ ਹੋ? 24 ਮਈ ਨੂੰ ਚੜਾਂਗੇ ਗੱਡੀ, ਚੰਡੀਗੜ੍ਹ ਅੰਮ੍ਰਿਤਸਰ, ਚੰਡੀਗੜ੍ਹ ਅੰਮ੍ਰਿਤਸਰ। ਪਤਲਾ ਦਿਲਾ, ਪਤਲਾ ਦਿਲਾ, ਹਾਂ ਕਾਪੇ।